ਲੁਧਿਆਣਾ ਮਿੰਨੀ ਰੋਜ਼ ਗਾਰਡਨ ਨੇੜੇ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦੋਂ ਕਾਰ ਸਵਾਰਾਂ ਤੇ ਅਚਾਨਕ ਕੁਝ ਅਣਪਛਾਤੇ ਲੋਕਾਂ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਦੋ ਨੌਜਵਾਨ ਜ਼ਖਮੀ ਹੋ ਗਏ। ਮਾਮਲਾ ਪੁਰਾਣੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਅਤੇ ਦੋਹਾਂ ਧਿਰਾਂ ਦੀ ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ੀ ਸੀ ਅਤੇ ਪੇਸ਼ੀ ਤੋਂ ਬਾਅਦ ਹੀ ਵਾਪਸੀ ਸਮੇਂ ਇਹ ਝਗੜਾ ਹੋਇਆ। ਸੀਸੀਟੀਵੀ ਵਿੱਚ ਕੁਝ ਨੌਜਵਾਨ ਇੱਕ ਕਾਰ ਦੀ ਭੰਨਤੋੜ ਕਰ ਰਹੇ ਨੇ ਜਦਕਿ ਮੌਕੇ ਉੱਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਫਿਲਹਾਲ ਤਫ਼ਤੀਸ਼ ਤੋਂ ਬਾਅਦ ਹੀ ਕੁਝ ਕਹਿਣਗੇ। ਉੱਥੇ ਕਾਰ ਸਵਾਰ ਨੌਜਵਾਨਾਂ ਨੇ ਦੱਸਿਆ ਕਿ ਉਹ ਕਚਹਿਰੀ ਦੇ ਵਿੱਚ ਪੇਸ਼ੀ ਤੋਂ ਵਾਪਸ ਆ ਰਹੇ ਸਨ ਤਾਂ ਅਚਾਨਕ ਉਹਨਾਂ 'ਤੇ ਦੂਜੀ ਧਿਰ ਵੱਲੋਂ ਹਮਲਾ ਕਰ ਦਿੱਤਾ। ਉਹਨਾਂ ਨੇ ਦੱਸਿਆ ਕਿ ਕਚਹਿਰੀ ਦੇ ਵਿੱਚ ਉਹਨਾਂ ਦੀ ਥੋੜ੍ਹੀ ਬਹੁਤ ਬਹਿਸ ਹੋਈ ਜਿਸ ਤੋਂ ਬਾਅਦ ਜਦੋਂ ਉਹ ਵਾਪਸ ਆ ਰਹੇ ਸਨ ਤਾਂ ਅਚਾਨਕ ਉਹਨਾਂ ਉੱਤੇ ਹਮਲਾ ਹੋ ਗਿਆ ਅਤੇ ਉਹਨਾਂ ਇਹ ਵੀ ਦੱਸਿਆ ਕਿ ਦੂਜੀ ਧਿਰ ਵੱਲੋਂ ਸਮਾਜ ਸੇਵੀ ਸੰਸਥਾ ਦੇ ਨਾਂ 'ਤੇ ਗੁੰਡਾਗਰਦੀ ਕੀਤੀ ਜਾ ਰਹੀ ਹੈ। ਘੱਟੋ ਘੱਟ 100 ਬੰਦੇ ਹਥਿਆਰਾਂ ਨਾਲ ਲੈਸ ਹੋ ਕੇ ਜਿਹਦੇ ਵਿੱਚ ਲੋਟਾ ਗੈਂਗ ਦੇ ਹਰੇ ਬੰਦੇ ਮੌਜੂਦ ਸੀ ਜਿਹੜੇ NGO ਚਲਾਉਂਦੇ ਨੇ ਨਾਂ ਦੇ ਆੜ ਦੇ ਉੱਤੇ ਗਰੁੱਪ ਚਲਾ ਰਹੇ ਨੇ ਇਹ ਲੋਕਾਂ ਨੂੰ ਮਾਰਨ ਦੇ ਧੰਦੇ ਜਿਹੜੇ ਲੈ ਰਹੇ ਨੇ ਇਹਨਾਂ ਨੇ ਇੱਥੇ ਮੇਰੀ ਗੱਡੀ ਘੇਰ ਕੇ ਪੂਰੀ ਗੱਡੀ ਡੈਮੇਜ ਕੀਤੀ ਆ ਸਾਨੂੰ ਕਾਫੀ ਕੁਰਬਾਨਾ ਤੇਜ਼ ਹਥਿਆਰਾਂ ਨਾਲ ਮਾਰਿਆ 2 ਬੰਦੇ ਇੰਜਰਡ ਨੇ ਜਿਹੜੇ ਸਿਵਲ ਹਸਪੀਟਲ 'ਚ ਆਪਣਾ ਪਰਚਾ ਦਰਜ ਕਰਾ ਰਹੇ ਨੇ ਜੀ ਆਹ ਪੁਲਿਸ ਦਾ ਕੈਮਰਾ ਲੱਗਾ ਜਿਹਦੇ ਵਿੱਚ ਸਾਰੀ ਚੀਜ਼ ਸਾਰੇ ਚਿਹਰੇ ਬੇਨਕਾਬ ਹੋਣੇ ਆ ਕਿ ਕਿਹੜੇ ਕਿਹੜੇ ਬੰਦੇ ਨੇ ਸਾਡੇ 'ਤੇ ਵਾਰ ਕੀਤਾ ਵਾ ਮੈਂ ਕਹਿੰਦਾ ਪੁਲਿਸ ਵਾਲਿਆਂ ਦੇ ਤਗੜੇ ਤਗੜੇ ਐਕਸ਼ਨ ਲਵੇ ਅਤੇ ਜਿਹੜੀਆਂ ਇਹਨਾਂ ਦੀ NGO ਨੇ ਰੱਦ ਕੀਤੀਆਂ ਜਾਣ ਇਹ ਸੋਸ਼ਲ ਮੀਡੀਆ ਦੇ ਨਾਂ 'ਤੇ ਇਹ ਲੋਟਾ ਗੈਂਗ ਚਲਾਉਂਦਾ ਜੀ ਆਪ ਮੈਨੂੰ ਇਹਨਾਂ ਦਾ ਨਾਂ ਨਹੀਂ ਪਤਾ ਜੀ NGO ਦਾ ਪਰ ਇਹ ਲੋਟਾ ਗੈਂਗ ਤੁਸੀਂ ਇਹਦੇ ਚੈੱਕ ਕਰੋ ਕਿੰਨੇ ਪਰਚੇ ਇਹਨਾਂ ਦੇ ਖਾਨਦਾਨ 'ਤੇ ਕਿੰਨੇ ਪਰਚੇ ਨੇ ਜੀ ਹੈਂਜੀ ਇਹ ਮੈਨੂੰ ਨਹੀਂ ਪਤਾ ਜੀ ਕਿਸੇ ਦੀ ਰੰਜਿਸ਼ ਮੇਰੀ ਗੱਡੀ ਡੈਮੇਜ ਕਰਨ ਦਾ ਕੀ ਕੰਸਰਨ ਆ ਮੈਨੂੰ ਨਹੀਂ ਪਤਾ ਮੇਰੇ ਨਾਲ ਕੋਈ ਲਾਗ ਡਾਟ ਨਹੀਂ ਸੀ ਬੇਵਜ੍ਹਾ ਮੇਰੀ ਗੱਡੀ ਮੇਰੇ 'ਤੇ ਜਾਨਲੇਵਾ ਹਮਲਾ ਕੀਤਾ ਗਿਆ ਜਿਹਦੇ 'ਤੇ ਮੈਂ CP ਸਾਹਿਬ ਨੂੰ ਵੀ ਦਰਖਾਸਤ ਦੇ ਕੇ ਆਉਣੀ ਮੈਂ ਕਹਿਣਾ ਚਾਹੁੰਦਾ ਕਿ ਇਹਨਾਂ 'ਤੇ ਸਖ਼ਤ ਸਖ਼ਤ ਕਾਰਵਾਈ ਹੋਵੇ ਇਹਨਾਂ ਦੀ NGO ਰੱਦ ਕੀਤੀਆਂ ਜਾਣ ਇਹਨਾਂ ਦੇ ਜਿੰਨੇ ਨਾਲ ਮੁੰਡੇ ਚੱਲਦੇ ਸਾਰੇ ਦੇ ਬਕਾਇਦਾ ਪਰਚੇ ਦਰਜ ਹੋਣੇ ਚਾਹੀਦੇ ਤਾਂ ਕਿ ਇਹ ਆਹ ਸ਼ਹਿਰ ਦੇ ਵਿੱਚ ਐਦਾਂ ਗੁੰਡਾਗਰਦੀ ਦਾ ਨੰਗਾ ਨਾਚ ਨਾ ਕਰ ਸਕਣ ਅਤੇ ਉਸ 50-60 ਮੁੰਡਾ ਵਾਲੇ ਸਾਡੇ 'ਤੇ ਹਮਲਾ ਕਰਤਾ ਹੈ ਮਾਰਨ ਹੀ ਆਏ ਸੀ ਸਾਨੂੰ ਕੀ ਕਾਰਨ ਕੀ ਸੀ ਕਾਰਨ ਕੁਛ ਨਹੀਂ ਭਾਅ ਜੀ ਆਪਾਂ ਆਪਣੀ ਤਰੀਫ ਕਰੋ ਆਪਣੀ ਤਰੀਫ ਭੁਗਤਣ ਗਏ ਸੀ ਪੁਰਾਣੀ ਰੰਜਸ ਸੀ ਉਹਨਾਂ ਨੇ ਹਾਂਜੀ ਨਹੀਂ ਨਹੀਂ ਸਰ ਹਾਂਜੀ ਹਾਂਜੀ ਉਹ ਫੈਸਲਾ ਹੋ ਗਿਆ ਭਾਅ ਜੀ ਪੈਸੇ ਲੈ ਕੇ ਫੈਸਲਾ ਕਰ ਬੈਠੇ ਨੇ ਫਿਰ ਵੀ ਸਾਨੂੰ ਹਮਲਾ ਕਰ ਗਏ ਨੇ 50 ਮੁੰਡੇ ਲੈ ਗਏ ਇੱਥੇ ਕਿੰਨੇ ਬੰਦੇ ਸੀ ਅਟੈਕ ਕਰਨ ਵਾਲੇ ਬੰਦੇ ਘੱਟੋ ਨੇ ਵੀਰੇ 50 ਬੰਦਾ ਸੀ ਅਸੀਂ 3 ਬੰਦੇ ਹਾਂ 50 ਬੰਦਾ ਸੀ ਕੀ ਕੀ ਬਣ ਗਿਆ ਤੁਹਾਡੇ ਇੱਥੇ ਹਾਂਜੀ ਸਾਰੀ ਗੱਡੀ ਡੈਮੇਜ ਕਰ ਗਈ ਮੇਰਾ ਸਿਰ ਸੁਰ ਪਾੜ ਕੇ ਦੂਜਾ ਮੁੰਡੇ ਦਾ ਉਹਦਾ ਮੂੰਹ ਮੱਥਾ ਪਾੜਦਾ ਹੈ ਕਿੱਦਾਂ ਜੀ 15-20 ਮਿੰਟ ਤੱਕ ਆ ਗਈ ਸੀ ਉਹਨਾਂ ਨੂੰ ਇਗਨੋਰ ਜਿਹਾ ਕਰਕੇ ਆ ਗਿਆ ਉਹ ਵੀ ਇੱਥੋਂ ਸਾਡੀ ਆਪਸ 'ਚ ਬਹਿਸਬਾਜ਼ੀ ਹੋ ਗਈ ਨਿਕਲ ਗਏ ਇੱਥੋਂ ਮੈਨੂੰ ਲੱਗਿਆ ਵੀ ਉਹ ਚਲੇ ਗਏ ਇੱਥੇ ਜਦੋਂ ਮੈਂ ਪਹੁੰਚਿਆ ਮੇਰੀ ਫੀਲਡਿੰਗ ਲਾ ਕੇ ਖੜ੍ਹੇ ਹੋਏ ਸੀ ਉਹ ਇੱਥੇ ਅਸੀਂ ਗੱਡੀ ਦੇ ਵਿੱਚ ਸੀਗੇ ਆ ਗੱਡੀ ਵੀ ਤੋੜਤੀ ਉਹਨਾਂ ਨੇ 30-40 ਮੁੰਡੇ ਸੀਗੇ ਸਾਰੇ ਦਿੱਤਾ 'ਚ ਟੋਕੇ ਫੜੇ ਹੋਏ ਸੀਗੇ ਪਹਿਲਾਂ ਮੇਰਾ 2019 ਦੇ ਵਿੱਚ ਉਹਨਾਂ ਨਾਲ ਝਗੜਾ ਹੋਇਆ ਸੀਗਾ ਕਿੰਨੇ ਬੰਦੇ ਅਟੈਕ ਕਰਨ ਵਾਲੇ ਉੱਥੇ ਇੱਥੇ ਇੱਥੇ ਹੈਗੇ ਸੀਗੇ ਤਕਰੀਬਨ 30-35 ਬੰਦੇ ਸੀਗੇ ਸਾਰਿਆਂ ਦੇ ਹੱਥਾਂ 'ਚ ਹਥਿਆਰ ਸੀਗੇ ਮੈਂ ਭੱਜ ਕੇ ਠੇਕੇ ਦੇ ਅੰਦਰ ਵੜਿਆ ਮੈਂ ਉੱਥੋਂ ਉਹਨਾਂ ਦੇ ਬੋਤਲਾਂ ਮਾਰਨੀਆਂ ਸ਼ੁਰੂ ਕੀਤੀਆਂ ਫਿਰ ਤਾਂ ਭੱਜੇ ਉਹ ਪੁਲਿਸ ਤਾਂ ਆਈ ਨਹੀਂ ਗੀ ਆਪਣੇ ਬਚਾਅ ਵਾਸਤੇ ਨਹੀਂ ਤਾਂ ਜਿਸ ਹਿਸਾਬ ਨਾਲ ਉਹ ਮਾਰਦੇ ਪਏ ਸੀਗੇ ਤਾਂ ਇੱਦਾਂ ਲੱਗਦਾ ਸੀ ਵੀ ਮਾਰ ਹੀ ਦੇਣਾ ਉਹਨਾਂ ਨੇ ਕੋਈ ਵਿੱਚ ਨਹੀਂ ਪਿਆ ਲੋਟਾ ਹੈਗਾ ਮੁੰਡਾ ਬਾਕੀ ਉਹਦੇ ਨਾਲ ਦੇ ਮੁੰਡੇ ਸਾਗਰ ਸੂਗਰ ਹੋਣੀ ਹੈਗੇ ਆ ਜਾਨ ਤੋਂ ਮਾਰਨ ਦੀ ਧਮਕੀ ਦਿੰਦੇ ਆ ਮੈਨੂੰ ਭਾਜੀ ਹਰੀ ਵੈਰੀਫਾਈ ਕਰ ਰਿਹਾ ਉਹ ਵੈਰੀਫਾਈ ਕਰ ਲਿਆ ਏਰੀਆ ਪਤਾ ਹੀ 3-4 ਬੰਦੇ ਵੈਰੀਫਾਈ ਕਰਕੇ ਦੱਸ ਦਿਓ ਠੀਕ ਹੈ ਨਹੀਂ ਕੋਈ ਨਹੀਂ ਮੈਡੀਕਲ ਬੰਦੇ ਕਰਾਉਣ ਗਏ ਮੈਡੀਕਲ ਲੈ ਕੇ ਕਾਗਜ਼ ਕਰਦੇ ਹਾਂ